ਜਿਹੜਾ ਮੁੰਡਾ ਬੱਸ ਦਾ ਕਿਰਾਇਆ ਬਚਾਉਂਦਾ ਸੀ ਵੀ ਮੇਰੇ ਅੱਗੇ ਕੰਮ ਆਜੂ ਫਿਊਚਰ 'ਚ ਉੱਥੋਂ ਤੋਂ ਲੈ ਕੇ ਅੱਜ ਤੱਕ ਦਾ ਸਫ਼ਰ ਜਦੋਂ ਤੁਸੀਂ ਆਹ ਕੁਰਸੀ ਤੇ ਬੈਠੇ ਹੋ ਜੋ ਚਾਹੁੰਦੇ ਸੀ ਉੱਥੇ ਪਹੁੰਚ ਗਏ ਸਫ਼ਰ ਕਿਵੇਂ ਰਿਹਾ ਮੈਂ 2006 'ਚ ਬੰਬੇ ਜਾਇਆ ਸੀ ਇੱਕ ਵਾਰ 2.5 ਮਹੀਨੇ ਲਈ ਉਦੋਂ ਵੀ ਪੈਸੇ ਇਕੱਠੇ ਕਰਕੇ ਗਿਆ ਸੀ ਥੀਏਟਰ ਤੋਂ ਪਰ ਉਹ ਪੈਸੇ ਮੁੱਕ ਗਏ ਫਿਰ ਮੈਂ ਮੁੜ ਆਇਆ 14000 ਰੁਪਏ ਲੈ ਕੇ ਗਿਆ ਸੀ ਮੈਂ ਸਵਾਕ 2 ਮਹੀਨਿਆਂ 'ਚ ਮੁੱਕ ਗਿਆ ਮੈਂ ਇੱਧਰ ਆ ਗਿਆ ਫੇਰ ਇੱਥੇ ਥੀਏਟਰ ਕੀਤਾ ਫੇਰ ਪੈਸੇ ਇਕੱਠੇ ਕੀਤੇ ਤੇ ਮੈਂ ਫੇਰ ਗਿਆ ਜਦੋਂ ਮੈਂ ਨਾਟਕ ਕਰਦਾ ਸੀ ਭਾਜੀ ਹੋਰਾਂ ਨਾਲ ਤਾਂ 200 ਰੁਪਈਆ ਮਿਲਦਾ ਸੀ ਇੱਕ ਸ਼ੋਅ ਦਾ ਮੈਂ ਤੁਰ ਜਾਂਦਾ ਸੀ ਤੁਰਿਆ ਤੁਰਿਆ ਰਿਹਰਸਲ ਤੇ ਚਲ ਜਾਣਾ ਤੁਰਦਾ ਤੁਰਦਾ ਫਿਰ ਉਥੋਂ ਮੁੜਾਉਣਾ ਤੇ ਧੁੰਦਾਂ ਚ ਵੀ ਇਦਾਂ ਹੀ ਕੀਤਾ ਗਰਮੀਆਂ ਚ ਵੀ ਇਦਾਂ ਹੀ ਕੀਤਾ ਕੀ ਰੰਗਕਰਮੀ ਵਿਲੜ ਤੇ ਨਕਮਿਆਂ ਦਾ ਟੋਲਾ ਹੁੰਦਾ ਐਕਚੁਅਲ ਦੇ ਵਿੱਚ ਲੋਕ ਸੋਚਦੇ ਆ ਸਮਾਜ ਸੋਸਾਇਟੀ ਜ਼ਿਆਦਾਤਰ ਸੋਸਾਇਟੀ ਸੋਚਦੀ ਆ ਉਹਨਾਂ ਚ ਤੇ ਤੁਹਾਨੂੰ ਇਹ ਚੀਜ਼ ਫੇਸ ਕਰਨੀ ਪਈ ਲੋਕੀ ਤਾਂ ਹੋ ਸਕਦਾ ਮੇਰੇ ਮੂੰਹ ਤੇ ਨਾ ਕਹਿੰਦੇ ਹੋਣ ਮੇਰੇ ਪਿੱਠ ਪਿੱਛੇ ਕਹਿੰਦੇ ਹਣ ਅੱਲਾ ਆ ਫਿਰ ਦੇ ਨੇ ਦੇਖ ਲੋ ਕਲਾਕਾਰ ਕਿਉਂਕਿ ਕਲਾਕਾਰ ਨੂੰ ਥੀਏਟਰ ਦੇ ਕਲਾਕਾਰ ਨੂੰ ਖਾਸ ਤੌਰ ਤੇ ਉਹ ਇੱਜ਼ਤ ਨਹੀਂ ਮਿਲਦੀ ਡੈਡੀ ਵੀ ਮੈਨੂੰ ਕਹਿੰਦੇ ਸੀ ਵੀ ਪੜ ਤੂੰ ਪੜ ਕੇ ਕੋਈ ਕੰਮ ਕਰ ਵੀ ਇਹ ਕਿਹੜੇ ਚੱਕਰਾਂ 'ਚ ਤੂੰ ਇਹਨੂੰ ਪੁੱਠਾ ਕੰਜਰਖਾਨਾ ਕਹਿੰਦੇ ਆ ਆਫ ਡੈਡੀ ਨੇ ਕਹਿੰਦਾ ਜੀ ਮੇਰਾ ਡੈਡੀ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਜਸ ਸ਼ਖਸੀਅਤ ਨਾਲ ਕੰਮ ਕਰਦਾ ਸਰਦਾਰ ਗੁਰਸਹਰਨ ਸਿੰਘ ਉਹ ਆਗਾਂਨ ਕਰਦੇ ਨੇ ਲੋਕਾਂ ਨੂੰ ਬਰਾਬਰੀ ਦਾ ਨਾਹਰਾ ਲਾਉਂਦੇ ਉਹਨਾਂ ਨੂੰ ਦੱਸਦੇ ਨੇ ਉਹਨਾਂ ਨੂੰ ਉਹਨਾਂ ਦੀਆਂ ਉਹਨਾਂ ਦੀਆਂ ਜ਼ਰੂਰਤਾਂ ਬਾਰੇ ਦੱਸਦੇ ਉਹਨਾਂ ਦੇ ਹੱਕਾਂ ਬਾਰੇ ਦੱਸਦੇ ਦੂਸਰਾ ਮੈਂ ਕਿਹਾ ਇੱਥੋਂ ਮੈਨੂੰ ਆ ਜਿਹੜਾ ਵੀ ਮਿਲਦਾ ਇਹ ਮੈਂ ਇਕੱਠਾ ਕਰ ਰਿਹਾ ਮੈਂ ਤੁਹਾਨੂੰ ਨਹੀਂ ਤੰਗ ਕਰੂੰਗਾ ਮੈਂ ਇੱਥੋਂ ਹੀ ਇਕੱਠਾ ਕਰਨਾ ਐਸੇ ਨੂੰ ਬੇਸ ਬਣਾ ਕੇ ਮੈਂ ਬੰਬੇ ਜਾਣਾ ਤੇ ਉੱਥੇ ਅਜਮਾਉਣਾ ਗੁਰਸਹਰਨ ਭਾਜੀ ਜਿਨ੍ਹਾਂ ਨੇ ਆਪਣੀ ਸੈਟਲ ਲਾਈਫ ਛੱਡ ਕੇ ਆਪਣਾ ਥੋੜਾ ਸਮਾਂ ਚੱਕ ਕੇ ਪੰਜਾਬ ਦੇ ਪਿੰਡ-ਪਿੰਡ ਜਾ ਕੇ ਨਾਟਕ ਕੀਤੇ ਪੂਰੀ ਉਮਰ ਇੱਕ ਰੰਗਕਰਮੀ ਵਜੋਂ ਉਹਨਾਂ ਨੇ ਕਿਹਾ ਜੋ ਸੁਪਨਾ ਉਹਨਾਂ ਨੇ ਲਿਆ ਸੀ ਪਿੰਡ-ਪਿੰਡ ਜਾ ਕੇ ਚੇਤਨਾ ਪੈਦਾ ਕਰਨੀ ਲੋਕਾਂ ਨੂੰ ਸਮਾਜ ਤੋਂ ਜਾਣੂ ਕਰਾਉਣਾ ਸਮਾਜਿਕ ਇਸ਼ੂਸ ਤੋਂ ਇਹ ਤਾਂ ਨਾਟਕ ਕਰਨੇ ਤੁਹਾਨੂੰ ਲੱਗਦਾ ਉਹਨਾਂ ਦੇ ਸੁਪਨਿਆਂ ਦਾ ਥੀਏਟਰ ਪੰਜਾਬੀ ਥੀਏਟਰ ਅੱਜ ਉਹਨਾਂ ਉਹਨਾਂ ਦੇ ਸੁਪਨਿਆਂ ਦਾ ਹੋ ਗਿਆ ਜਾਂ ਹਜੇ ਸਮਾਂ ਲੱਗਣਾ ਕਿੱਥੇ ਕ ਪਹੁੰਚ ਗਏ ਸੀ ਭਾਜੀ ਹੋਰਾਂ ਕਹਿੰਦੇ ਹੁੰਦੇ ਸੀ ਭਾਜੀ ਦਾ ਇਹ ਸੁਪਨਾ ਸੀ ਕਿ ਮੈਂ ਪੰਜਾਬੀ ਥੀਏਟਰ ਨੂੰ ਪੰਜਾਬੀ ਥੀਏਟਰ ਰਾਹੀਂ ਆਪਣੀ ਥੜਾ ਥੀਏਟਰ ਰਾਹੀਂ ਆਪਣੀ ਗੱਲ ਕਹਿਣੀ ਹੈ ਜੇ ਮੈਂ 100 ਲੋਕਾਂ ਨੂੰ ਗੱਲ ਕਹਿੰਦਾ ਜੇ ਇੱਕ ਨੂੰ ਵੀ ਸੁਣ ਗਈ ਇੱਕ ਨੇ ਵੀ ਉਸ ਨੂੰ ਉਸ ਤੇ ਅਮਲ ਕਰ ਲਿਆ ਤਾਂ ਮੇਰੀ ਉਹ ਪੂਰੇ 50 ਸਾਲਾਂ ਦੀ 60 ਸਾਲਾਂ ਦੀ ਮਿਹਨਤ ਕਾਮਯਾਬ ਹੈ ਅਜੇ ਵੀ ਉਹ ਉਦਾਂ ਹੀ ਰੌਲਾ ਰਿਹਾ ਹੈ ਪੰਜਾਬ ਦੇ ਥੀਏਟਰ ਇੱਕ ਇੱਕ ਹਾਦਸਾ ਕਰ ਰੁਲਦਾ ਪਿਆ ਤੇ ਮੈਨੂੰ ਲੱਗਦਾ ਇਹਨੂੰ ਸਾਂਭਣ ਦੀ ਲੋੜ ਹੈਗੀ ਹੈ ਪਹਿਲੀ ਗੱਲ ਤਾਂ ਪਰਸੈਪਸ਼ਨ ਅਸੀਂ ਉਹ ਨਹੀਂ ਸਹੀ ਬਣਾ ਪਏ ਹੁਣ ਤੱਕ theater ਦੀ ਤੇ ਦੂਜੀ ਗੱਲ ਕੀ ਪਟਿਆਲਾ ਯੂਨੀਵਰਸਿਟੀ theater ਪਟਿਆਲਾ ਟੱਪ 'ਚ ਤੁਹਾਨੂੰ ਕੋਈ theater ਨਹੀਂ ਬੁੱਤ ਕਲਾ ਕੇਂਦਰਾਂ ਦੀ ਵੀ ਘਾਟ ਆ ਸਾਡੇ ਕੋਲ ਸੱਚੀ ਕਹਿੰਦੇ ਹੋ ਤੁਸੀਂ ਬਹੁਤ ਸੱਚੀ ਗੱਲ ਆ ਸਮਾਜ ਦੇ ਵਿੱਚ ਜਗ੍ਹਾ ਹੀ ਨਹੀਂ ਮਿਲੀ theater ਨੇ ਜਿਹੜਾ ਕਲਾਕਾਰ ਹੁੰਦਾ ਨਾ ਉਹ ਤੁਹਾਨੂੰ ਕੁਝ ਸਮੇਂ ਲਈ ਤੁਹਾਡੇ ਦੁੱਖ ਤੁਹਾਡੀਆਂ ਟੈਨਸ਼ਨ ਤੁਹਾਡੇ ਸਟ्रेस ਭੁਲਾਉਣ ਲਈ ਆ ਮਦਦ ਕਰਦਾ ਜਦੋਂ ਬੰਦਾ ਨਜਾਤ ਪਾਉਣਾ ਚਾਹੁੰਦਾ ਹੈ ਨਾ ਸਮੱਸਿਆਵਾਂ ਆ ਤੂੰ ਉਸ ਉਸ ਬੋਝ ਤੋਂ ਜੋ ਜ਼ਿੰਦਗੀ ਉਹਦੇ ਤੇ ਪਾਉਂਦੀ ਹੈ ਫਿਰ ਬੰਦਾ ਕਲਾ ਦਾ ਸਹਾਰਾ ਭਾਲਦਾ 뮤직 ਪੇਂਟਿੰਗ ਕੋਈ ਕੋਈ ਸਾਜ਼ ਵਜਾਉਣਾ ਗੀਤ ਗਾਉਣਾ ਗੀਤ ਸੁਣਨਾ ਕੁਝ ਦੇਖਣਾ ਕਿਉਂਕਿ ਇਹ ਡਾਇਰੈਕਟ ਨਹੀਂ ਨਾ ਪਤਾ ਚੱਲਦਾ ਇਹ ਤੁਹਾਡਾ ਢਿੱਡ ਨਹੀਂ ਭਰਦਾ ਇਹਦੇ ਨਾਲ ਇਹਦੇ ਨਾਲ ਰੂਹ ਭਰਦੀ ਹੈ ਤੇ ਰੂਹ ਲੁਕੀ ਹੁੰਦੀ ਹੈ ਇਸ ਕਰਕੇ ਇਹਦਾ ਪਤਾ ਨਹੀਂ ਚੱਲਦਾ ਕਿ ਇਹਦਾ ਕੀ ਯੋਗਦਾਨ ਹੈ ਤੜਾ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਟਾਲ ਅੱਜ ਇੱਕ ਵਾਰ ਫਿਰ ਅਸੀਂ ਪੰਜਾਬੀ ਮੂਵੀ ਐਨੀ ਹਾਓ ਮਿੱਟੀ ਪੌ ਦੀ ਸਟਾਰ ਕਾਸਟ ਦੇ ਨਾਲਾਂ ਤੇ ਮੇਰੇ ਨਾਲ ਨੇ ਬਾਈ ਹਰੀਸ਼ ਵਰਮਾ ਤੇ ਅਮੈਰਾ ਜੀ ਅਮੈਰਾ ਦੀ ਪੰਜਾਬੀ ਪਹਿਲੀ ਪੰਜਾਬੀ ਫਿਲਮਾਂ ਜਿਨ੍ਹਾਂ ਨੇ ਨੈਸ਼ਨਲ ਇੰਟਰਨੈਸ਼ਨਲ ਤੇ ਰੀਜਨਲ ਸਿਨੇਮਾ ਕੀਤਾ ਸਾਉ ਦਾ ਤੇ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਤੇ ਬਾਈ ਜਿਨ੍ਹਾਂ ਨੂੰ ਟਿੰਕੇ ਦੇ ਨਾਲ ਨਾਲ ਤੁਸੀਂ ਸਾਰੇ ਜਾਣਦੇ ਹੋ ਗੱਲਬਾਤ ਇਹਨਾਂ ਦੇ ਨਾਲ ਕਰਦੇ ਆਂ ਫਿਲਮ ਦੇ ਬਾਰੇ ਵਿੱਚ ਤੇ ਹੋਰ ਇਹਨਾਂ ਦੀ ਜ਼ਿੰਦਗੀ ਦਾ ਸਟਰਗਲ ਵੀ ਕਿਵੇਂ ਰਿਹਾ ਗੱਲਬਾਤ ਸਸੀ ਗੱਲਬਾਜੀ ਸਸੀ ਗੱਲਗਾਂਗੀ ਜੀ ਅੱਛਾ ਭਾਈ ਪਹਿਲੀ ਗੱਲ ਮੈਂ ਨਾ ਫਿਲਮ ਤੇ ਗੱਲਬਾਤ ਚ ਕਰਾਂਗੇ ਪਹਿਲਾਂ ਮੈਂ ਤੁਹਾਡੀ ਜ਼ਿੰਦਗੀ ਤੋਂ ਸ਼ੁਰੂ ਕਰਦਾ ਮੈਂ ਤੁਹਾਡੀ ਇੱਕ ਸਟੋਰੀ ਦੇਖੀ ਉੱਥੋਂ ਤੋਂ ਲੈ ਕੇ ਜਿਹੜਾ ਮੁੰਡਾ ਬਸ ਦਾ ਕਿਰਾਇਆ ਬਚਾਉਂਦਾ ਸੀ ਵੀ ਮੇਰੇ ਅੱਗੇ ਕੰਮ ਆਜੂ ਫਿਊਚਰ 'ਚ ਉੱਥੋਂ ਤੋਂ ਲੈ ਕੇ ਅੱਜ ਤੱਕ ਦਾ ਸਫ਼ਰ ਜਦੋਂ ਤੁਸੀਂ ਆਹ ਕੁਰਸੀ ਤੇ ਬੈਠੇ ਹੋ ਜੋ ਚਾਹੁੰਦੇ ਸੀ ਉੱਥੇ ਪਹੁੰਚ ਗਏ ਸਫ਼ਰ ਕਿਵੇਂ ਰਿਹਾ ਸਫਰ ਜੀ ਉਤਰਾ ਚੜਾ ਵਾਲਾ ਰਿਹਾ ਬਹੁਤ ਮੈਂ ਹਮੇਸ਼ਾ ਤੋਂ ਜਦੋਂ ਤੋਂ ਛੋਟਾ ਜਦੋਂ ਛੋਟਾ ਸੀ ਉਦੋਂ ਤੋਂ ਹੀ ਸੋਚਦਾ ਸੀ ਵੀ ਮੈਂ ਕੁਝ ਨਾ ਜਦੋਂ ਫਿਲਮਾਂ ਦੇਖਦਾ ਸੀ ਉਹਦਾ ਅਸਰ ਮੇਰੇ ਤੇ ਹੁੰਦਾ ਸੀ ਜਿਵੇਂ ਹਰੇਕ ਜਵਾਕ ਤੇ ਹੁੰਦਾ ਤੇ ਮੈਂ ਇਧਰ ਨੂੰ ਸੋਚਣ ਲੱਗ ਪਿਆ ਪਰ ਮੈਨੂੰ ਰਾਹ ਨਹੀਂ ਸੀ ਪਤਾ ਫਿਰ ਥੀਏਟਰ ਮੈਨੂੰ ਇੱਕ ਰਾਹ ਲੱਭਿਆ ਥੀਏਟਰ ਕਰਨ ਲੱਗ ਪਿਆ ਸਰਦਾਰ ਗੁਰਸ਼ਰਨ ਸਿੰਘ ਭਾਈ ਮੰਨਾ ਸਿੰਘ ਹੋਰਾਂ ਨਾਲ ਕਾਫੀ ਲੰਬਾ ਸਮਾਂ ਨਾਲ ਥੀਏਟਰ ਕੀਤਾ ਉਹਨੇ ਦੀ ਟੀਮ ਚ ਉਸ ਸਮੇਂ ਫਿਰ ਇਹ ਪ੍ਰਵਕ ਹੋ ਗਿਆ ਸੀ ਸੁਪਨਾ ਮੇਰਾ ਵੀ ਮੈਂ ਜਾਣਾ ਬੰਬੇ ਤੇ ਬੰਬੇ ਫਿਲਮਾਂ 'ਚ ਕੰਮ ਕਰਨਾ ਉਹਦੇ ਲਈ ਪੈਸੇ ਇਕੱਠੇ ਕਰਨ ਲੱਗ ਪਿਆ ਸੀ ਮੈਂ ਤੇ ਮੈਨੂੰ ਜਦੋਂ ਮੈਂ ਨਾਟਕ ਕਰਦਾ ਸੀ ਭਾਰੀ ਹੋਰਾਂ ਨਾਲ ਤਾਂ 200 ਰੁਪਏ ਮਿਲਦਾ ਸੀ ਇੱਕ ਸ਼ੋਅ ਦਾ ਉਹਦੇ 'ਚੋਂ ਖਰਚਾ ਤੇ ਕੀ ਹੁੰਦਾ ਉਦੋਂ ਜਦੋਂ ਪੜਦੇ ਹੁੰਨੇ ਆ ਹੈਨਾ ਤੇ ਪੈਸੇ ਇਕੱਠੇ ਕਰਦਾ ਸੀ ਮੈਂ ਉਹ ਫਿਰ ਮੈਨੂੰ ਇਹ ਲੱਗਦਾ ਸੀ ਕਿ ਯਾਰ ਮੈਂ 2006 'ਚ ਬੰਬੇ ਜਾਇਆ ਸੀ ਇੱਕ ਵਾਰ 2.5 ਮਹੀਨੇ ਲਈ ਉਦੋਂ ਵੀ ਪੈਸੇ ਇਕੱਠੇ ਕਰਕੇ ਗਿਆ ਸੀ ਥੀਏਟਰ ਤੋਂ ਪਰ ਉਹ ਪੈਸੇ ਮੁੱਕ ਗਏ ਫਿਰ ਮੈਂ ਮੁੜ ਆਇਆ ਤੇ ਫਿਰ ਮੈਨੂੰ ਇਹ ਲੱਗਣ ਲੱਗ ਪਿਆ ਮੈਂ ਉੱਥੇ ਜਾ ਕੇ ਜਦੋਂ ਦੇਖ ਕੇ ਆ ਪੰਜ ਰੁਪਏ ਦਾ ਵੜਾ ਪਾਓਂਦਾ ਸੀ ਤੇ ਇੱਕ ਕਟਿੰਗ ਚਾਹ ਆਉਂਦੀ ਸੀ ਤੇ ਮੈਨੂੰ ਇਹ ਲੱਗਦਾ ਵੀ 5 ਕਿ ਰੁਪਏ ਦੇ ਵਿੱਚ ਚੰਗਾ ਸਰ ਜਾਂਦਾ ਇੱਕ ਡੰਗ ਤੇ ਮੈਂ ਪੈਸੇ بچਾਉਣ ਲੱਗ ਪਿਆ ਫਿਰ ਮੈਂ ਤੁਰ ਜਾਂਦਾ ਸੀ ਤੁਰਿਆ ਤੁਰਿਆ ਰਿਹਰਸਲ ਤੇ ਚੱਲ ਜਾਣਾ ਤੁਰਦਾ ਤੁਰਦਾ ਫਿਰ ਉਥੋਂ ਮੁੜਾਉਣਾ ਤੇ ਧੁੰਦਾਂ ਚ ਵੀ ਇਦਾਂ ਹੀ ਕੀਤਾ ਗਰਮੀਆਂ ਚ ਵੀ ਇਦਾਂ ਹੀ ਕੀਤਾ ਤੇ ਆ ਮੇਰਾ ਸਫ਼ਰ ਹੈ ਬਾਕੀ ਹੋਰ ਬਹੁਤ ਲੰਬੀ ਕਹਾਣੀ ਹੈ ਇਸ ਇਸ 20 ਸਾਲ ਦੇ 1999 ਚ ਮੈਂ ਥੀਏਟਰ ਸ਼ੁਰੂ ਕੀਤਾ ਸੀਗਾ ਤੇ 2003 ਚ ਮੈਂ ਗ੍ਰੈਜੂਏਸ਼ਨ ਕੀਤੀ ਆਪਣੀ ਉਦੋਂ 99 ਤੋਂ ਲੈ ਕੇ 2007 ਤੱਕ ਥੀਏਟਰ ਦਾ ਜਿਹੜਾ ਸਫ਼ਰ ਸੀ ਥੀਏਟਰ ਤੋਂ ਬਾਅਦ ਆ ਅੱਜ ਤੱਕ ਦਾ ਸਫ਼ਰ ਬੜਾ ਖੂਬਸੂਰਤ ਰਿਹਾ ਮਜ਼ੇਦਾਰ ਤੇ ਜਦੋਂ ਤੁਸੀਂ ਕਹਿੰਦੇ ਕਿ ਕੋਈ ਬੰਬੇ ਚਲਿਆ ਗਿਆ ਫਿਰ ਵਾਪਸ ਆ ਗਿਆ ਕਿਉਂਕਿ ਬੰਦਾ ਕੁਝ ਬਣਨ ਲਈ ਜਾਂਦਾ ਉਹ ਸ਼ਹਿਰ ਚ ਬਹੁਤ ਦਾ ਸੁਪਨਾ ਹੁੰਦਾ ਕਈ ਪਹੁੰਚ ਜਾਂਦੇ ਨੇ ਕਈ ਪਹੁੰਚਦੇ ਵੀ ਨਹੀਂ ਤੇ ਤੁਸੀਂ ਪਹੁੰਚ ਕੇ ਨਿਰਾਸ਼ਾ ਲੈ ਕੇ ਵਾਪਸ ਆਏ ਤੇ ਉਸ ਦੌਰ ਦੇ ਵਿੱਚ ਜਦੋਂ ਬੰਦਾ ਟੁੱਟਦਾ ਤਦੋਂ ਪੱਲੇ ਕੀ ਸੀ ਕਿਹੜੀ ਚੀਜ਼ ਸੀ ਜਿਹੜੀ ਫੋਰਸ ਕਰਦੀ ਰਹੀ ਉਹ ਫੋਰਸ ਕਿਹੜੀ ਸੀ ਮੈਂ ਤੁਹਾਨੂੰ ਸੱਚੀ ਦੱਸਾਂ ਮੈਂ ਥੋੜੇ ਸਮੇ ਲਈ ਹੀ ਨਿਰਾਸ਼ ਹੁੰਦਾ ਉਦੋਂ ਵੀ ਜਦੋਂ ਮੁੜ ਕੇ ਆਉਣਾ ਪਿਆ ਸੀ ਉਦੋਂ ਵੀ ਮੈਂ ਦੋ ਤਿੰਨ ਚੀਜ਼ਾਂ ਕਰ ਗਿਆ ਸੀ ਜਿੱਦਾਂ ਕਿ ਮੈਂ ਉਦੋਂ ਨਾ ਗੁਰਦਾਸ ਮਾਨ ਸਾਹਿਬ ਹੋਰਾਂ ਦੇ ਦਫ਼ਤਰ ਜਾਣ ਲੱਗ ਪਿਆ ਉਹਨਾਂ ਦੇ ਪ੍ਰੋਡਕਸ਼ਨ ਹਾਊਸ ਤੇ ਉਦੋਂ ਫਿਲਮ ਬਣਦੀ ਪਈ ਸੀ ਵਾਰਸ਼ਾ ਉੱਥੇ ਸਿਮਰਜੀਤ ਭਾਜੀ ਵੀ ਸੀ ਐਸੋਸੀਏਟ ਜਿਹੜੇ ਸਾਡੇ ਡਾਇਰੈਕਟਰ ਨੇ ਮਾਣੇ ਹੋ ਭਾਜੀ ਹੋਰਾਂ ਇੱਕ ਵਾਰ ਮੈਨੂੰ ਕਹਿੰਦੇ ਕਿ ਮੈਂ ਉਹਨਾਂ ਨੂੰ ਮਿਲਣ ਲੱਗ ਪਿਆ ਭਾਜੀ ਮੈਨੂੰ ਕਹਿੰਦੇ ਕਿ ਤੂੰ ਲਿਖ ਲੈਣਾ ਮੈਂ ਕਿਹਾ ਹਾਂ ਜੀ ਕਹਿੰਦੇ ਆ ਰਿਕ ਨਾ ਫਿਲਮ ਦਾ ਸਕਰੀਨ ਪਲੇ ਆ ਬਈ ਉਸ ਚ ਮਦਦ ਕਰ ਫਿਰ ਮੈਂ ਉਹਨਾਂ ਦੀ ਸਕਰੀਨ ਪਲੇ ਲਿਖਿਆ ਉਹਨਾਂ ਦੀ ਫਿਲਮ ਦਾ ਲਾਈ ਲੱਗ ਫਿਲਮ ਆ ਉਹ ਉੱਥੇ ਮੇਰਾ ਨਾਮ ਵੀ ਆ ਸਕਰੀਨ ਪਲੇ ਰਾਈਟਰ ਚ 2006 ਚ ਫਿਰ ਵਾਰਸ਼ਾ ਫਿਲਮ ਦੇ ਪੋਸਟ ਦੇ ਵਿੱਚ ਮੈਂ ਭਾਜੀ ਹੋਰਾਂ ਦੇ ਨਾਲ ਬੈੰਦਾ ਹੁੰਦਾ ਸੀ ਤੇ ਮੈਨੂੰ ਯਾਦ ਹੈ ਪੌੜੀਆਂ 'ਚ ਖੜੇ ਸੀ ਇਹਨਾਂ ਨੇ ਟ੍ਰੇਲਰ ਕਟਿਆ ਮਨੋਜ ਪੁੰਜ ਜੀ ਉਸ ਫਿਲਮ ਦੇ ਡਾਇਰੈਕਟਰ ਸੀਗੇ ਮਨੋਜ ਪੁੰਜ ਜੀ ਨੇ ਆ ਮੁੜ ਕੇ ਮੈਨੂੰ ਦੇਖਿਆ ਤੇ ਕਹਿੰਦੇ ਕਿਦਾਂ ਲੱਗਾ ਟ੍ਰੇਲਰ ਮੈਂ ਕਾਜੀ ਬਹੁਤ ਅੱਛਾ ਕਹਿੰਦੇ ਵੇਖ ਲੈ ਜੇ ਕੋਈ ਕਮੀ ਪੈਸੀ ਲੱਗੀ ਦੱਸ ਦੇ ਮੈਂ ਕਾ ਯਾਰ ਮੈਨੂੰ ਕਿਉਂ ਪੁੱਛ ਰਿਹਾ ਐਡਾ ਵੱਡਾ ਬੰਦਾ ਤੇ ਉਹ ਸ਼ਾਇਦ ਉਹਨਾਂ ਨੂੰ ਦੱਸਿਆ ਹੋਣਾ ਸਿਮਰ ਭਾਜੀ ਨੇ ਵੀ ਆ ਮੁੰਡਾ ਐ ਇਹਨੂੰ ਲਿਖਣ ਦਾ ਕੰਮ ਦਿੱਤਾ ਮੈਂ ਭਾਜੀ ਦੀ ਵੀ ਸਫਤ ਹੈ ਉਹਨਾਂ ਨੇ ਫਿਰ ਉਹ ਮੇਰਾ ਸਕਰੀਨ ਪਲੇ ਜਿਹੜਾ ਸੀ ਉਹ ਜਿਹੜਾ ਮੈਂ ਲਿਖ ਕੇ ਦਿੱਤਾ ਸੀ ਪੋਰਸ਼ਨ ਉਹ ਵੀ ਰੱਖਿਆ ਉਹਨਾਂ ਨੇ ਮੇਰਾ ਨਾਮ ਵੀ ਪਾਇਆ ਤੇ ਵਰਸ਼ਾ ਚ ਮੈਂ ਡਬਿੰਗ ਵੀ ਮੇਰੀ ਆਵਾਜ਼ ਐ ਤਿੰਨ ਕੈਰੈਕਟਰਾਂ ਦੀ ਉਸ ਵਿੱਚ ਮੈਂ ਆਵਾਜ਼ ਵੀ ਦਿੱਤੀ ਐ ਤੇ ਇੱਕ ਸੀਰੀਅਲ ਜੇ ਮੈਂ ਕੈਮੀਓ ਵੀ ਕੀਤਾ ਉੱਥੇ ਛੋਟਾ ਜਿਹਾ ਮੇਰਾ ਇੱਕ ਐਪੀਸੋਡ ਸੀ ਉਹ ਕਰਕੇ ਫਿਰ ਪੈਸੇ ਮੋਗ ਗਏ ਤੇ ਮੈਂ ਇਧਰ ਆ ਗਿਆ 14000 ਰੁਪਏ ਲੈ ਕੇ ਗਿਆ ਸੀ ਮੈਂ ਸਫਾਕ 2 ਮਹੀਨੇ ਚ ਮੋਗ ਗਿਆ ਮੈਂ ਇਧਰ ਆ ਗਿਆ ਫਿਰ ਇੱਥੇ ਥੀਏਟਰ ਕੀਤਾ ਫਿਰ ਪੈਸੇ ਇਕੱਠੇ ਕੀਤੇ ਤੇ ਮੈਂ ਫੇਰ ਗਿਆ ਹੁਣ ਤੁਸੀਂ ਸੋਚੋਗੇ ਵੀ ਥੀਏਟਰ ਚ ਤੇਰੇ ਕੋਲ ਇੰਨੇ ਪੈਸੇ ਕਿੱਥੋਂ ਜੜ ਗਏ ਐਕਚੁਅਲੀ ਉਦੋਂ ਨਾ ਬ੍ਰਿਟਿਸ਼ ਐਮਬੈਸੀ ਦਾ ਇੱਕ ਪ੍ਰੋਜੈਕਟ ਮਿਲ ਗਿਆ ਸੀ ਮੇਰੇ ਦੋਸਤ ਨੂੰ ਦਿੱਲੀ ਉਹ ਮੈਨੂੰ ਉਹਨੇ ਟੀਮ ਬਣਾਉਣੀ ਸੀ 10 ਬੰਦਿਆਂ ਦੀ 10 ਐਕਟਰਾਂ ਦੀ ਉਹਦਾ ਇੰਚਾਰਜ ਮੈਨੂੰ ਬਣਾਇਆ ਉਹਨੇ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਭਰਾ ਮੈਂ ਤੇਰੇ ਕੋਲੋਂ ਇੰਨੇ ਪੈਸ ਬਿੱਤਰਾ ਸੰਭਲੂਗਾ ਮੈਂ ਸਾਰਾ 2 ਮਹੀਨੇ ਦਾ ਪ੍ਰੋਜੈਕਟ ਸੀ ਉਹ ਡੰਕੀ ਕਰਕੇ ਜਿਹੜੇ ਜਾਂਦੇ ਹਨ ਗੈਰ ਕਾਨੂੰਨੀ ਤਰੀਕੇ ਨਾਲ ਉਹਦੇ ਤੇ ਸੀ ਉਹ ਨਾਟਕ ਕਰ ਕਰ ਪਿੰਡ ਪਿੰਡ ਜਾਗਰੂਕ ਕਰਨਾ ਸੀ ਲੋਕਾਂ ਨੂੰ ਉੱਥੋਂ ਮੈਂ ਜਿਹੜੇ ਪੈਸੇ ਇਕੱਠੇ ਕੀਤੇ ਫਿਰ 2008 ਚ ਫੇਰ ਗਿਆ ਬੰਬੇ ਫਿਰ ਮੈਨੂੰ ਕਲਰਸ ਤੇ ਸੀਰੀਅਲ ਮਿਲਿਆ ਲਾਡੋ ਫਿਰ ਇਧਰ ਨੂੰ ਸਫ਼ਰ ਸ਼ੁਰੂ ਹੋਇਆ ਪੰਜਾਬੀ ਫਿਲਮਾਂ ਵਾਲ ਨੂੰ ਇਹ ਸਭ ਕੁਝ ਆਡੀਸ਼ਨ ਦੇ ਰਾਹੀਂ ਹੋਇਆ ਤੇ ਜਦੋਂ ਪਹਿਲੀ ਫਿਲਮ ਮਿਲੀ ਸੀ ਜੱਟ ਟਿੰਕਰ ਸ਼ਾਇਦ ਉਸ ਹੋਰ ਕੋਈ ਹੋਵੇ ਸ਼ਾਇਦ ਪਹਿਲੀ ਹੋਣਾ ਮੈਨੂੰ ਪਤਾ ਨਹੀਂ ਪਰ ਮੈਨੂੰ ਲੱਗਦਾ ਪਹਿਲੀ ਹੋਈ ਉਹੀ ਹੈ ਨਾ ਪਹਿਲੀ ਉਹੀ ਮੰਨੀ ਜਾਂਦੀ ਹੈ ਦਰਸਲ ਉਸ ਤੋਂ ਪਹਿਲਾਂ ਇੱਕ ਫਿਲਮ ਕੀਤੀ ਸੀ ਪੰਜਾਬਣ ਮਿਸ ਪੂਜਾ ਜੀ ਹੋਰਾਂ ਨਾਲ ਉਹ ਉਹਨਾਂ ਦੀ ਵੀ ਡੈਬਿਊ ਸੀ ਤੇ ਮੇਰੀ ਵੀ ਪਰ ਤੁਹਾਨੂੰ ਲੋਕ ਇਸ ਯਾਰਨ ਮੁੱਲੇ ਤੋਂ ਜਾਣ ਯਾਰਨ ਮੁੱਲੇ ਤੋਂ ਜਾਣਦੇ ਤੇ ਜਦੋਂ ਯਾਰਨ ਮੁੱਲੇ ਦੇ ਵਿੱਚ ਟਿੰਕੇ ਦਾ ਰੋਲ ਸੀ ਉਹ ਰੋਲ ਮਿਲਣਾ ਤੁਹਾਨੂੰ ਉਤੇ ਵਿਚਾਰ ਤੁਹਾਡੇ ਤੇ ਹੁੰਦਾ ਤਾਂ ਫਿਰ ਜਿਵੇਂ ਤੁਸੀਂ ਇਹ ਵੀ ਇੱਕ ਵਾਰ ਦੱਸਿਆ ਸੀ ਕਿ ਯਾਰ ਇਹ ਰੋਲ ਕਰੂਗਾ ਨਹੀਂ ਕੋਈ ਹੋਰ ਬੰਦਾ ਦੇਖੋ ਰੋਲ ਮਿਲਦਾ ਮਿਲਦਾ ਰਹਿ ਜਾਣਾ ਤੇ ਦੁਬਾਰਾ ਮਿਲ ਜਾਣਾ ਉੱਥੋਂ ਲੈ ਕੇ ਐਨੀ ਹੋ ਮਿੱਟੀ ਪਾਉ ਤੱਕ ਬੰਦਾ ਪਹਿਲੀ ਵਾਰ ਚੱਕ ਲੈਂਦਾ ਵੀ ਯਾਰ ਰੀਸ਼ ਵਰਮਾ ਠੀਕ ਹੈ ਤੇ ਇਹ ਸਫਰ ਕਿਵੇਂ ਆਨੰਦ ਦਿੰਦਾ ਸਫਰਤਾ ਜੀ ਮੈਂ ਬਹੁਤ ਇਮਾਨਦਾਰੀ ਨਾਲ ਦਸੂਗਾ ਔਖਾ ਕਿਉਂਕਿ ਜਦੋਂ ਥੋੜੇ ਜਦੋਂ ਤੁਸੀਂ ਆਪਦੀ ਮਿਹਨਤ ਨਾਲ ਮੁਰਰੇ ਆਉਣਾ ਹੁੰਦਾ ਤਾਂ ਬਹੁਤ ਔਕੜਾਂ ਆਉਂਦੀਆਂ ਤੇ ਤੁਹਾਨੂੰ ਸਾਨੂੰ چیرਦੇ ਹੋਏ ਨਿਕਲਣਾ ਪੈਂਦਾ ਅੱਗੇ ਤੇ ਬਟ ਮੈਂ ਕਹਿੰਦਾ ਵੀ ਬlesing ਰਹੀ ਹੈ ਪਿਆਰ ਰਿਹਾ ਸਾਰਿਆਂ ਦਾ ਦਰਸ਼ਕਾਂ ਦਾ ਜਿਹੜਾ ਮੈਨੂੰ ਉਹਨਾਂ ਨੇ ਆ ਮੇਰੇ ਕੰਮ ਨੂੰ ਪਸੰਦ ਕਰ ਲਿਆ ਆਪਣੇ ਦਲਾਂ ਚ ਵਸਾਲਿਆ ਜੱਟ ਟੈਂਕੇ ਨੇ ਮੈਨੂੰ ਉਹ ਫਿਲਮ ਵੀ ਆਡੀਸ਼ਨ ਰਾਹੀਂ ਮਿਲੀ ਸੀ ਅ ਅਨੁਰਾਗ ਸਿੰਘ ਭਾਜੀ ਜਿਹੜੇ ਸਾਡੇ ਡਾਇਰੈਕਟਰ ਨੇ ਉਹਨਾਂ ਦੇ ਵਾਈਫ ਮਧੁਰਜੀਤ ਸਰਗੀ ਅਸੀਂ ਇਕੱਠੇ ਸੀਰੀਅਲ ਕਰਦੇ ਸੀ ਮੇਰੇ ਭਾਬੀ ਬਣੀ ਸੀ ਕਲਰਸ ਵਾਲੇ ਸੀਰੀਅਲ ਚ ਤੇ ਉਹਨਾਂ ਦੇ ਕਰਕੇ ਮਧੁਰਜੀਤ ਸਰਗੀ ਹੋਰਾਂ ਕਰਕੇ ਭਾਜੀ ਸੀਰੀਅਲ ਦੇਖਦੇ ਸੀ ਤਾਂ ਉਹਨਾਂ ਨੂੰ ਮੈਂ ਜਚਿਆ ਉਹਦੇ ਚ ਬਈ ਯਾਰ ਇਹ ਮੁੰਡਾ ਮੈਨੂੰ ਅੱਛਾ ਲੱਗਾ ਵੀ ਠੀਕ ਕੰਮ ਕਰਦਾ ਫਿਰ ਹਨਨ ਮੈਨੂੰ ਘਰੇ ਸੱਦਿਆ ਡਿਨਰ ਤੇ ਡਿਨਰ ਤੇ ਮੈਂ ਭਾਰੀ ਨੂੰ ਮਿਲਿਆ ਉਹਨਾਂ ਨੂੰ ਮੇਰਾ ਸੁਭਾਅ ਚੰਗਾ ਲੱਗਾ ਮੈਂ ਹਸਾਇਆ ਉਹਨਾਂ ਨੂੰ ਗੱਲਾਂ ਗੁੱਲਾਂ ਦੱਸ ਕੇ ਪ੍ਰਾਣੀਆਂ ਆਪਣੀਆਂ ਫਿਰ ਮੈਨੂੰ 2 ਮਹੀਨੇ ਬਾਅਦ ਪਤਾ ਲੱਗਾ ਸਰਗੀ ਉਹਨਾਂ ਕਹਿੰਦੇ ਕਿ ਹਰੀਸ਼ ਅ ਤੇਰੇ ਲਈ ਇੱਕ ਕੈਰੈਕਟਰ ਲਿਖਿਆ ਹਰੀ ਉਹਨੇ ਅਨੁਰਾਗ ਨੇ ਤੇ ਉਹ ਫਿਲਮ ਕਰੇਗਾ ਤੂੰ ਫਿਰ ਮੈਨੂੰ ਉਦੋਂ ਇਹ ਹੋਇਆ ਮੈਂ ਕਿਹਾ ਯਾਰ ਫਿਲਮ ਕਰਨਾ ਹਾਲਾਂਕਿ ਮੈਂ ਇੱਕ ਫਿਲਮ ਕਰ ਚੁੱਕਾ ਸੀ ਪਰ ਮੈਂ ਕਿਹਾ ਮੈਨੂੰ ਸੀਰੀਅਲ ਛੱਡਣਾ ਪੈਣਾ ਸੀਰੀਅਲ ਚੋਂ ਠੀਕ ਪੈਸੇ ਬਣਦੇ ਨੇ ਤੇ ਫਿਲਮ ਪਤਾ ਨਹੀਂ ਕੀ ਹੋਊਗਾ ਫਿਲਮ ਦਾ ਕੀ ਨਹੀਂ ਤੇ ਉਹ ਆਡੀਸ਼ਨ ਦਿੱਤਾ ਆਡੀਸ਼ਨ ਚ ਪਸੰਦ ਆ ਗਿਆ ਬਟ ਸਾਡੇ ਪ੍ਰੋਡਿਊਸਰ ਸੀ ਜਿਹੜੇ ਉਹਨਾਂ ਨੂੰ ਇਹ ਸੀ ਵੀ ਕੋਈ ਆਪਾਂ ਸਿੰਗਰ ਲੈਂਦੇ ਆ ਫਿਲਮ ਚ ਕੋਈ ਸਿੰਗਰ ਹੋਵੇ ਸਾਡੀ ਫਿਲਮ ਚ ਜਿਹਨੂੰ ਲੋਕੀ ਜਾਣਦੇ ਹੋਣ ਅਨੁਰਾਗ ਭਾਈ ਨੇ ਫਿਰ ਕਿਹਾ ਵੀ ਇਹ ਮੁੰਡਾ ਵਧੀਆ ਕਾਬਿਲ ਹੈ ਇਹ ਮੁੰਡਾ ਕੰਮ ਜਾਣਦਾ ਹੈ ਤੇ ਇਹਨੂੰ ਵੀ ਜਨ ਲੱਜਣਗੇ ਇਹ ਵੀ ਬਣ ਜਾਊਗਾ ਪਪੂਲਰ ਹੋ ਜਾਊਗਾ ਸਟਾਰ ਬਣ ਜਾਊਗਾ ਪਰ ਇਹਨੂੰ ਕੰਮ ਆਗਾ ਉਸ ਤਰੀਕੇ ਨਾਲ ਫਿਰ ਮੈਨੂੰ ਉਹ ਫਿਲਮ ਮਿਲੀ ਅਮੈਰਾ ਜੀ ਤੁਸੀਂ ਹਾਲਾਂਕਿ ਇੱਥੇ ਹੁੰਦਾ ਪਹਿਲੀ ਤੁਹਾਡੀ ਪੰਜਾਬੀ ਫਿਲਮ ਆ ਹੁੰਦਾ ਕੀ ਇਹ ਪੰਜਾਬੀ ਫਿਰ ਹਿੰਦੀ ਮਤਲਬ ਫਿਰ ਬਾਲੀਵੁੱਡ ਫਿਰ ਹਾਲੀਵੁੱਡ ਤੁਸੀਂ ਪੌੜੀਆਂ ਉਤਰ ਰਹੇ ਹੋ ਇਥੋਂ ਜ਼ਿਆਦਾ ਚੜ੍ਹਦੇ ਆ ਤੁਸੀਂ ਨੈਸ਼ਨਲ ਇੰਟਰਨੈਸ਼ਨਲ ਰੀਜਨਲ ਸਿਨੇਮਾ ਵੀ ਕੀਤਾ ਸਾਊਥ ਦਾ ਪਰ ਹੁਣ ਤੁਸੀਂ ਪੰਜਾਬੀ ਤੁਹਾਡੀ ਪਹਿਲੀ ਫਿਲਮ ਆ ਤਜਰਬਾ ਕਿਵੇਂ ਰਿਹਾ ਪੰਜਾਬੀ ਸਿਨੇਮਾ ਦਾ ਅਮ ਤੋਂ ਪਹਿਲੇ ਚੀਜ਼ ਆਈ ਜਸਟ ਵਾਂਟ ਟੂ ਸੇ ਕਿ यू you नो know, मैं रीजनल सिनेमा कर चुकी हूँ इंटरनेशनल सिनेमा कर चुकी हूँ पर मेन चीज़ ये है कि कहानी मेरे लिए सबसे इम्पॉटेंट चीज़ है तो अगर आप तमिल में तेलुगू में हिंदी में पंजाबी में एक अच्छे ओरिजिनल फिल्म बना रहे हैं तो मैं वो फिल्म करना चाहती हूँ जो भी भाषा है मी भाषा डज नॉट मैटर मुझे कहानी अच्छी कहानी चाहिए अच्छे निर्देशक चाहिए अच्छे को स्टार्स चाहिए और I'm ready to do the film. ਨਹੀਂ ਉਹ ਤੁਹਾਡੀ ਇੱਛਾ ਤਾਂ ਹੋਊਗੀ ਨਾ ਕਿ ਮੈਂ ਪੰਜਾਬੀ ਸਿਨੇਮੇ ਵਿੱਚ ਜਾਣਾ ਮੈਂ ਪੰਜਾਬੀ ਫਿਲਮਾਂ 'ਚ ਕੰਮ ਕਰਨਾ ਪੰਜਾਬੀ ਐਕਟਰਸ ਦੇ ਨਾਲ ਤਾਂ ਹੀ ਤੁਸੀਂ ਇੱਥੇ ਤੱਕ ਪਹੁੰਚੇ। ਮੇਰਾ ਸੋਚ ਐਸਾ ਨਹੀਂ ਹੈ ਮੈਂ ਐਸੀ ਨਹੀਂ ਸੋਚਦੀ ਕਿ ਨਹੀਂ مجھے ਇਸ ਪੰਜਾਬੀ ਫਿਲਮ ਦੀ ਕਰਨੀ ਹੈ ਜਾਂ ਸਾਊਥ ਫਿਲਮ ਦੀ ਕਰਨੀ ਹੈ ਜਾਂ ਮੈਂ ਬਾਲੀਵੁੱਡ ਵਿੱਚ ਹੀ ਰਹੂੰਗੀ। जैसे मैंने बोला अगर कहानी अच्छी है कोई ऑफर देगा और बोलेंगे कि नो ये, ये ये कहानी है और नरेशन अच्छा जाता है तो मैं हाँ बोल देती हूं पंजाबी में तमिल में वो मेरा कोई लेना देना भाषा से मेरा कोई लेना देना नहीं है पंजाबी फिल्म पहली थे कॉमेडी भी तो आपकी पहली है बुलंद आया या दिस एक्चुअली तो ये मेरा एक इच्छा था शुरू से ही कि मुझे एक अच्छी कॉमेडी फिल्म करनी है एंड आई डों नो वाई लेकिन जो रोल्स मिले हैं मुझे mm. या तो रोना धोना थोड़ा ड्रामा mm. थोड़ा ज्यादा एक्शन mm. या यू नो सीरियस रोल्स मिले हैं मुझे रोमांस बट नेवर प्योर कॉमेडी hmm. तो जब जंजोत सर ने मुझे फोन किया hmm. और पूरे नरेशन दे दिया फोन hmm. पे मैंने बोला हाँ जी मुझे ये करनी ही है क्योंकि मतलब इट्स सच कहानी hmm. रोमांस है hmm. पर ज्यादातर सिचुएशनल कॉमेडी है hmm. मतलब जिस तरह से ये कपल फंस जाते हैं hmm. जिस तरह से इन लोग ये प्रॉब्लम से निकलते हैं hmm. जिस तरह से करमजीत के सारे किरदार आते हैं कहानी में hmm. Hmm. मतलब मैं नरेशन में ही इतनी हंसी इतनी हंसी की आंसू निकलने

मतलब एंड आई थिंक यू ऑल आल्सो एग्री विद मी लाइक मैं भी वादा करती हूं कि आप लोग हंस के ही वापस घर जाएंगे ही oh. जाएंगे जी बिल्कुल फिल्मस चंगी होने वाली है चंगी बनी होएगी ते दर्शक उम्मीदा दर्शक भी उनू हना चंगा हुंगारा देंगे ਤੁਹਾਨੂੰ ਦੱਸ ਦਿਆਂ ਕਿ ਇਸ ਫਿਲਮ ਦੇ ਜੋ ਡਾਇਰੈਕਟਰ ਨੇ ਉਹਨਾਂ ਨੇ ਪੰਜਾਬੀ ਦੀਆਂ ਟਾਪ ਦੀਆਂ ਫਿਲਮਾਂ ਡਾਇਰੈਕਟ ਕੀਤੀਆਂ ਨੇ ਤੇ ਜਿਹੜੇ ਰਾਈਟਰ ਨੇ ਜਸ ਗਰੇਵਾਲ ਉਹਨਾਂ ਨੇ ਪੰਜਾਬੀ ਦੀਆਂ ਟਾਪ ਦੀਆਂ ਫਿਲਮਾਂ ਲਿਖੀਆਂ ਨੇ ਤੇ ਕਰਮਜੀਤ ਭਾਈ ਤੇ ਹਰੀਸ਼ ਭਾਈ ਨੂੰ ਤੁਸੀਂ ਪਹਿਲਾਂ ਵੀ ਦੇਖਦੇ ਹੋ ਤੇ ਹੁਣ ਵੀ ਦੇਖ ਹੀ ਲਿਆ ਪਰ ਮੈਂ ਇੱਕ ਹੋਰ ਪੁੱਛਣਾ ਚਾਹੁੰਨਾ ਕਿ ਜਿਸ ਤਰ੍ਹਾਂ ਮੈਂ ਚੈਲਸੀ ਸਾਰਾ ਸਿਨੇਮਾ ਕੀਤਾ

इट्स जस्ट डिफरेंट और ऑफ कोर्स आई फील लाइक पंजाबी के कल्चर में ज्यादा hmm. लोग ज्यादा वार्म है hmm. ज्यादा जॉली है तो ये माहौल मेरे लिए आई फील लाइक एटलीस्ट मेरे पर्सनालिटी का के साथ जम जाता so, है चलो मैं सीधा पूछा पंजाब तो की लेके जाओगे इस बार नमक की ग्रहण कीता की लेके जाऊंगी पंजाब से क्या लेके जाएंगे या थिंकिंग आई एम I guess, खुशी खुशी। लेके जाऊंगी। का प्यार, yeah, तो तो चंडीगढ़ exactly, के के है, है में, में आके जब मैं शूट करती हूँ कहीं पे भी पंजाब में जहाँ पे मैं शूट करती हूँ ना लोग इतने स्वीट है इतने जॉली है दस आई नो पंजाबी कल्चर में कुछ स्पेशल है यार कुछ स्पेशल तड़का है यहाँ पे ਸੋਣੀ ਗੱਲ ਆ ਮੈਂ ਮੈਂ ਬੜੀ ਜਗਾ ਬੜੇ ਲੋਕਾਂ ਨੂੰ ਮੈਂ ਬੰਬੇ ਵੀ ਸਮਾਪ بتایا ਉੱਥੇ ਗੁਜਰਾਤ ਦੇ ਲੋਕ ਵੀ ਨੇ ਸਾਊਥ ਦੇ ਵੀ ਨੇ ਬੰਗਾਲ ਦੇ ਵੀ ਨੇ ਆ ਹਰ ਹਰ ਪਾਸਿਓਂ ਨੇ ਹਰ ਸਟੇਟ ਦੇ ਹਰੇਕ ਬੰਦਾ ਇੱਕ ਗੱਲ ਕਹਿੰਦਾ ਤੇ ਕਿੰਨੀ ਮਾਨ ਵਾਲੀ ਤੇ ਕਿੰਨੀ ਖੁਸ਼ੀ ਵਾਲੀ ਗੱਲ ਆ ਇਹ ਕਹਿੰਦੇ ਯਾਰ ਪੰਜਾਬ 'ਚ ਕੁਝ ਹੈਗਾ ਪੰਜਾਬ ਪੰਜਾਬੀਆਂ 'ਚ ਕੁਝ ਹੈਗਾ ਉਹ ਮਤਲਬ ਉਹਨਾਂ ਨੂੰ ਸਾਡਾ ਵੈਸੇ ਹੀ ਪਤਾ ਲੱਗਦਾ ਵੀ ਇਹ ਕਿੰਨੇ ਜਿੰਦਾ ਦਿਲ ਨੇ ਕਿੰਨੇ ਇਹ ਕਿੰਨਾ ਨਿੱਘਾ ਹੈ ਨਾ ਕਿੰਨਾ ਪਿਆਰ ਹੈ ਨਾ ਜੀ ਕਿਉਂਕਿ ਪਤਾ ਨਹੀਂ ਜਦੋਂ ਮੈਂ ਮੈਂ ਲਾਡੂ ਕਰਦਾ ਸੀ ਨਾ ਜਦੋਂ ਸੀਰੀਅਲ ਕਰਦਾ ਸੀ ਉੱਥੇ ਮੈਂ ਤੇ ਸਰਗੀਜੀ ਹੋ ਰਹਾਂ ਹੀ ਅਸੀਂ ਪੰਜਾਬ ਤੋਂ ਸੀਗੇ ਤੇ ਬਾਕੀ ਕੋਈ ਕੋਈ ਉਧਰੋਂ ਯੂਪ ਤੋਂ ਸੀ ਕੋਈ ਕੋਈ इंदौर ਤੋਂ ਸੀ ਕੋਈ ਇਧਰੋਂ ਗੁਜਰਾਤ ਤੋਂ ਸੀ ਅਲੱਗ-ਅਲੱਗ ਜਗਾਵਾਂ ਤੁਸੀਂ ਕਲਾਕਾਰ ਇੱਕ ਇੱਕ ਸਮਾਂ ਆਇਆ ਡੇਢ ਸਾਲ ਬਾਅਦ ਉਹ ਸਾਰੇ ਕਹਿਣ ਲੱਗੇ ਪਏ ਅਸੀਂ ਪੰਜਾਬੀ ਆ ਅਸੀਂ ਪੰਜਾਬੀਆਂ ਸਾਡਾ ਮਾਮਾ ਪੰਜਾਬ ਤੋਂ ਸਾਡੀ ਮੰਮੀ ਪੰਜਾਬ ਤੋਂ ਸਾਡਾ ਸਾਡੇ ਨਾਨਕੇ ਪੰਜਾਬ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਦੇ ਲਿੰਕ ਕੱਢੀ ਫਿਰਦੇ ਸੀ ਕੋਈ ਨਾ ਕੋਈ ਜੋੜ ਲਿਆ ਉਹਨਾਂ ਨੇ ਤੇ ਉਹ ਫਖਰ ਨਾਲ ਦੱਸਦੇ ਸੀ ਵੀ ਅਸੀਂ ਵੀ ਪਤਾ ਹੈ ਪੰਜਾਬੀ ਆ ਮੈਂ ਕਿਹਾ ਯਾਰ ਠੀਕ ਹੈ ਹੋਰ ਕੀ ਚਾਹੀਦਾ ਫਿਰ ਸਾਧ ਭਾਸ਼ਾ ਤੋਂ ਪਤਾ ਲੱਗ ਜਾਂਦਾ ਸੀ ਸਾਡਾ ਸਾਰਾ ਸੈੱਟ ਨਹੀਂ ਉਹ ਇੱਕ ਨਾ ਉਹਨਾਂ ਨੂੰ ਇਹ ਹੁੰਦਾ ਸੀ ਵੀ ਅਸੀਂ ਵੀ ਤੁਹਾਡੇ ਵਾਂਗੂ ਅਸੀਂ ਵੀ ਪੰਜਾਬੀ ਆ ਸਾਡਾ ਵੀ ਇੱਕ ਕਨੈਕਸ਼ਨ ਹੈਗਾ ਦੂਰ ਦਾ ਕੋਈ ਅਸੀਂ ਵੀ ਹੈਗੇ ਸਾਡੇ ਅੰਦਰ ਵੀ ਪੰਜਾਬੀ ਖੂਨ ਦੌੜਦਾ ਪਤਾ ਨਹੀਂ ਕੀ ਉਹਨਾਂ ਨੂੰ ਇਸ ਗੱਲ ਦਾ ਚਾਅ ਚੜ ਜਾਂਦਾ ਸੀ ਕਿ ਸਾਰੇ ਪੰਜਾਬੀ ਹੋ ਗਏ ਫਿਰ ਕਿ ਇਸ ਫਿਲਮ ਦੇ ਵਿੱਚ ਜਿਵੇਂ ਤੁਸੀਂ ਕਿੰਨੀ ਘਾਲਣਾ ਘਾਲੀ ਆ ਇੱਕ ਕੁੜੀ ਦੇ ਲਈ ਹਨਾ ਜ਼ਿੰਦਗੀ ਚ ਕਦੇ ਆ ਕੀਤਾ ਕਿਸੇ ਯਾਰ ਨੂੰ ਕਹ ਕੇ ਵੀ ਯਾਰ ਮੇਰੇ ਲਈ ਆ ਕਰ ਪਰ ਕਰਨਾ ਉਸ ਕੁੜੀ ਲਈ ਅ ਐਕਚੁਅਲੀ ਪਤਾ ਕੀ ਦੱਸ ਦੋ ਸੱਚ ਹੁਣ ਆ ਇਹਨਾਂ ਦੱਸੋ ਵੀ ਕਰ ਤਾਂ ਗੱਲ ਪਹੁੰਚ ਜਾਊਗੀ ਸਾ ਮੈਂ ਮੈਂ ਇਹ ਦੱਸਣ ਲੱਗਾ ਸਭ ਤੋਂ ਪਹਿਲਾਂ ਤਾਂ ਕਿ ਇਸ ਫਿਲਮ ਦੀ ਨਾ ਇੱਕ ਬੜੀ ਸੋਹਣੀ ਗੱਲ ਹੈ ਕਿ ਚਲੋ ਪਿਆਰ ਨੂੰ ਹਾਸਲ ਕਰਨ ਲਈ ਤਾਂ ਜੋ ਕੀਤਾ ਕੀਤਾ ਬਟ ਇਸ ਇਹਦਾ ਇੱਕ ਬੜਾ ਬਹੁਤ ਖੂਬਸੂਰਤ ਮੱਦਾ ਇਸ ਫਿਲਮ ਦੇ ਵਿੱਚ ਬਹੁਤ ਸੋਹਣੀ ਗੱਲ ਕੀਤੀ ਹੋਈ ਜਿਸ ਦੇ ਕਰਕੇ ਇਹ ਸਾਰੀ ਜਰਨੀ ਹੁੰਦੀ ਹੈ ਫਿਲਮ ਦੀ ਮਰ ਜਦ ਤੱਕ ਪਿਆਰ ਨੂੰ ਹਾਸਲ ਕਰਨ ਦੀ ਹੈ ਇਹੋ ਜਿਹਾ ਜ਼ਿੰਦਗੀ 'ਚ ਅਸਲ ਜ਼ਿੰਦਗੀ 'ਚ ਤਾਂ ਨਹੀਂ ਕੋਈ ਮਕਾਮ ਆਇਆ ਜਾਂ ਕੋਈ ਕਾਰਨ ਬਣੇ ਕਿ ਮੈਨੂੰ ਇਦਾਂ ਆਪਣੇ ਕਿਸੇ ਦੋਸਤ ਨੂੰ ਕਿਵੇਂ ਭੇਸ ਬਦਲ ਭਰਾ ਤੇ ਮੇਰਾ ਚਾਚਾ ਬਣ ਕੇ ਚੱਲ ਰਿਸ਼ਤਾ ਮੰਗ ਮੇਰਾ ਇਹ ਸੌਖਾ ਹਾਸਲ ਹੋ ਗਿਆ ਸੌਖਾ ਤੇ ਨਹੀਂ ਹੋਇਆ ਉਹ ਤਾਂ ਸੌਖਾ ਕਿ ਕਰਿਆ ਕਿ ਉਹ ਦੱਸ ਦੋ ਬਸ ਯਾਰਾਂ ਨੂੰ ਲਈ ਕੀਤੀ ਬਣ ਗਈ ਬਣ ਗਈ ਸਤਿ ਸ੍ਰੀ ਅਕਾਲ ਠੀਕ ਹੈ ਮੈਂ ਤੁਸੀਂ ਮੁੱਦੇ ਦੀ ਗੱਲ ਕੀਤੀ ਇਸ ਫਿਲਮ ਦੇ ਵਿੱਚ ਮੈਸੇਜ ਆ ਚਾਹੇ ਉਹ ਆਰਐਸਵੀਪੀਸੀ ਗੋਲਕ ਬੁਗਨੀ ਸੀ ਹਨਾ ਤੁਹਾਡੀਆਂ ਫਿਲਮਾਂ ਦੇ ਵਿੱਚ ਮੁੱਦਿਆਂ ਦੀ ਗੱਲ ਹੁੰਦੀ ਆ ਕੋਈ ਨਾ ਕੋਈ ਇਸ਼ੂ ਹੁੰਦਾ ਸਮਾਜ ਦਾ ਜੋ ਵਾਪਰਿਆ ਹੁੰਦਾ ਉਹ ਸੀ ਫਿਲਮ ਚ ਲੈ ਆਉਂਦੇ ਇਸ ਫਿਲਮ ਦੇ ਵਿੱਚ ਕੀ ਆਗਾ ਇਸ ਫਿਲਮ ਚ ਜੀ ਇੱਕ ਬੜਾ ਅਣਸ਼ੋਇਆ ਜਿਹਾ ਹੈਗਾ ਮੁੱਦਾ ਜਿਹਨੂੰ ਬੜਾ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਸਮਾਜ ਚ ਲੋਕਾਂ ਚ ਜਿਹਨੂੰ ਕੋਈ ਵੱਡੀ ਤਰਜੀਹ ਨਹੀਂ ਦਿੱਤੀ ਜਾਂਦੀ ਜਿਹਨੂੰ ਕੰਮ ਹੀ ਨਹੀਂ ਮੰਨਿਆ ਜਾਂਦਾ ਉਹ ਉਸ ਬਾਰੇ ਗੱਲ ਕੀਤੀ ਹੈ ਕਲਾ ਕਲਾਕਾਰੀ ਤੇ ਕੀ ਉਹਦਾ ਯੋਗਦਾਨ ਹੈ ਸਮਾਜ ਵਿੱਚ ਉਹਨੇ ਬੜੇ ਸੋਹਣੇ ਤਰੀਕੇ ਨਾਲ ਕਹਿਣ ਦੀ ਕੋਸ਼ਿਸ਼ ਕੀਤੀ ਹੈ ਜੰਜੋਥਵਾਰਾ ਨੇ ਜਸ ਗਰੇਵਾਲ ਦੇਖੋ ਬਹੁਤ ਆਪਾਂ ਸਾਰਿਆਂ ਨੂੰ ਪਤਾ ਹੈ ਕਿੰਨੇ ਉਹ ਬ੍ਰਿਲਇੰਟ ਰਾਈਟਰ ਨੇ ਕਿੱਡੀਆਂ ਵੱਡੀਆਂ ਵੱਡੀਆਂ ਖੂਬਸੂਰਤ ਫਿਲਮਾਂ ਦਿੱਤੀਆਂ ਪੰਜਾਬੀ ਸਿਨੇਮਾ ਨੂੰ ਉਹਨਾਂ ਨੇ ਜਸ ਜੰਜੋਥਵਾਰਾ ਆਪਾਂ ਸਾਰੇ ਜਾਣਦੇ ਹਾਂ ਨਾ ਬਾਰੇ ਚੱਲ ਮੇਰਾ ਪੁੱਤ 1 2 3 ਸਾਡੀ ਗੋਲਕ ਬੁਗਣੀ 2 ਬਹੁਤ ਬਹੁਤ ਸੋਹਣੀ ਬਣੀ ਹੋਈ ਹੈ ਤੇ ਫੇਰ ਸਾਡੇ ਜਿਹੜੇ ਇਸ ਫਿਲਮ ਦੇ ਪ੍ਰੋਡੂਸਰ ਨੇ ਉਪਕਾਰ ਸਿੰਘ ਜੀ ਉਹ ਵੀ ਬੜੇ ਦਲੇਰ ਨੇ ਪਹਿਲੀ ਉਹਨਾਂ ਨੇ ਫਿਲਮ ਬਣਾਈ ਹੈ ਬਟ ਉਹਨਾਂ ਦਾ ਕਹਿੰਦੇ ਯਾਰ ਮੈਂ ਨਾ ਇਹ ਫਿਲਮ ਲੋਕਾਂ ਤੱਕ ਪਹੁੰਚਦੀ ਕਰਨੀ ਹੈ ਉਹਨਾਂ ਨੂੰ ਇਸ ਇਸ ਫਿਲਮ ਦੇ ਅੰਦਰ ਕੀ ਹੈ ਉਹ ਸਮਝ ਆਇਆ ਤਾਂ ਉਹਨਾਂ ਨੇ ਕਿਹਾ ਵੀ ਆਪਾਂ ਪੂਰੀ ਪੂਰੀ ਵਾ ਲਾ ਦਾਂਗੇ ਤੇ ਹੋਰ ਬਹੁਤ ਸਾਰੀਆਂ ਐਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਮੈਂ ਹੁਣ ਇਸ ਵੇਲੇ ਇੰਟਰਵਿਊ 'ਚ ਨਹੀਂ ਦੱਸਣਾ ਚਾਹੁੰਦਾ ਜਿਹੜੀ ਫਿਲਮ ਦੇ ਤੰਦ ਨਾਲ ਤੰਦ ਜੁੜੀ ਆ ਉਹ ਜਦੋਂ ਦੇਖਾਂਗੇ ਉਦੋਂ ਸਮਝ ਆਉਣਗੀ ਕਿ ਯਾਰ ਇਹਨਾਂ ਨੇ ਕਿੰਨੀ ਸੋਹਣੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਸਭ ਤੋਂ ਪਹਿਲੀ ਗੱਲ ਸੀ ਚਲੋ ਆਪਾਂ ਖੀਰ ਤੇ ਆ ਗਏ ਤੁਸੀਂ ਕਹੇ ਕਿ ਉਹ ਮੁੱਦਾ ਛੋਹਿਆਗਾ ਫਿਲਮ ਦੇ ਵਿੱਚ ਟ੍ਰੇਲਰ ਦੇ ਵਿੱਚ ਸਭ ਤੋਂ ਪਹਿਲਾ ਡਾਇਲੋਗ ਆ ਬੀਨ ਸ਼ਰਮਾ ਦਾ ਕਿ ਰੰਗਕਰਮੀ ਵਿਲੜ ਤੇ ਨਕਮਿਆਂ ਦਾ ਟੋਲਾ ਹੁੰਦਾ ਐਕਚੁਅਲ ਦੇ ਵਿੱਚ ਲੋਕ ਸੋਚਦੇ ਆ ਸੋ ਮਾ ਸੋਸਾਇਟੀ ਜ਼ਿਆਦਾ ਤਰ ਸੋਸਾਇਟੀ ਸੋਚਦੀ ਆ ਉਹਨਾਂ ਚ ਤੇ ਤੁਹਾਨੂੰ ਇਹ ਚੀਜ਼ ਫੇਸ ਕਰਨੀ ਪਈ ਬਿਲਕੁਲ ਕਰਨੀ ਪਈ ਜੀ ਬਿਲਕੁਲ ਕਰਨੀ ਪਈ ਅ ਜਦੋਂ ਮੈਂ ਥੀਏਟਰ ਕਰਨਾ ਸ਼ੁਰੂ ਕੀਤਾ ਸੀ ਉਦੋਂ ਮੇਰੇ ਫਾਦਰ ਸਾਹਿਬ ਨੂੰ ਇਹ ਲੱਗਦਾ ਸੀ ਕਿਉਂਕਿ ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਹਾਲੇਦੁਆਲੇ ਤੋਂ ਵੀ ਯਾਰ ਕਿਹੜੇ ਕੰਮਾਂ ਚ ਪਾਤਾ ਉਹ ਵੀ ਉਹ ਮੁੰਡੇ ਨੂੰ ਤੁਸੀਂ ਕੋਈ ਕਹੋ ਵੀ ਪੜ੍ਹਾਈ ਕਰੇ ਤੇ ਡੈਡੀ ਵੀ ਮੈਨੂੰ ਕਹਿੰਦੇ ਸੀ ਵੀ ਪੜ੍ਹ ਤੂੰ ਪੜ੍ਹ ਕੇ ਕੋਈ ਕੰਮ ਕਰ ਵੀ ਇਹ ਕਿਹੜੇ ਚੱਕਰਾਂ ਚ ਇਹਨੂੰ ਕੰਮ ਨਹੀਂ ਮੰਨਦੇ ਇਹਨੂੰ ਇਹਨੂੰ ਪੋਠਾ ਕੰਜਰਖਾਨਾ ਕਹਿੰਦੇ ਆ ਤੇ ਉਹ ਡੈਡੀ ਵੀ ਇਹੀ ਕਹਿੰਦੇ ਸੀ ਤੇ ਮੈਂ ਫਿਰ ਡੈਡੀ ਨੂੰ ਕਹਿੰਦਾ ਮੈਂ ਡੈਡੀ ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਜਸ ਸ਼ਖਸੀਅਤ ਨਾਲ ਕੰਮ ਕਰਦਾ ਹਾਂ ਸਰਦਾਰ ਗੁਰਸਹਰਨ ਸਿੰਘ ਉਹ ਆ ਗੱਲ ਕਰਦੇ ਨੇ ਲੋਕਾਂ ਨੂੰ ਬਰਾਬਰੀ ਦਾ ਨਾਹਰਾ ਲਾਉਂਦੇ ਆ ਉਹਨਾਂ ਨੂੰ ਦੱਸਦੇ ਨੇ ਉਹਨਾਂ ਨੂੰ ਉਹਨਾਂ ਦੀਆਂ ਉਹਨਾਂ ਦੀਆਂ ਜ਼ਰੂਰਤਾਂ ਬਾਰੇ ਦੱਸਦੇ ਨੇ ਉਹਨਾਂ ਦੇ ਹੱਕਾਂ ਬਾਰੇ ਦੱਸਦੇ ਨੇ ਦੂਸਰਾ ਮੈਂ ਕਿਹਾ ਇਥੋਂ ਮੈਨੂੰ ਆ ਜਿਹੜਾ ਵੀ ਮਿਲਦਾ ਇਹ ਮੈਂ ਇਕੱਠਾ ਕਰ ਰਿਹਾ ਮੈਂ ਤੁਹਾਨੂੰ ਨਹੀਂ ਤੰਗ ਕਰੂੰਗਾ ਮੈਂ ਇਥੋਂ ਹੀ ਇਕੱਠਾ ਕਰਨਾ ਐਸੇ ਨੂੰ ਬੇਸ ਬਣਾ ਕੇ ਮੈਂ ਬੰਬੇ ਜਾਣਾ ਤੇ ਉੱਥੇ ਅਜਮਾਉਣਾ ਹਾਂ ਉਹ ਫਿਰ ਉਹ ਉਹ ਮੈਨੂੰ ਵੀ ਫੇਸ ਕਰਨਾ ਪਿਆ ਮੈਨੂੰ ਆਲੇ ਦੁਆਲੇ ਤੋਂ ਵੀ ਕਰਨਾ ਪੈਂਦਾ ਸੀ ਲੋਕੀ ਤਾਂ ਹੋ ਸਕਦਾ ਮੇਰੇ ਮੂੰਹ ਦੇ ਨਾਲ ਕਹਿੰਦੇ ਹੁਣ ਮੇਰੇ ਪਿੱਠ ਪਿੱਛੇ ਕਹਿੰਦੇ ਹੁਣ ਅੱਲਾ ਆ ਫਿਰਦੇ ਨੇ ਦੇਖ ਲੋ ਕਲਾਕਾਰ ਕਿਉਂਕਿ ਕਲਾਕਾਰ ਨੂੰ ਥੀਏਟਰ ਦੇ ਕਲਾਕਾਰ ਨੂੰ ਖਾਸ ਤੌਰ ਤੇ ਉਹ ਇੱਜ਼ਤ ਨਹੀਂ ਮਿਲਦੀ ਮੈਨਾਂ ਤੁਹਾਨੂੰ ਤੁਹਾਨੂੰ ਕਦੇ ਹੈਗਾ ਕਿ ਵੇ ਲਡੋਨ ਕਮੇ ਹੋ ਜਦੋਂ ਤੁਸੀਂ

तो इवन स्कूल में मैं स्कूल प्लेस करती थी जो भी यू नो लाइक वर्कशॉप्स थे अगर मुझे क्लास दिखा एक्टिंग uh, का तो मैंने मम्मी के पास जाके बोल दिया कि मुझे ये क्लास करना है या कुछ पर आई थिंक पप्पा चाहते थे कि मैं डॉक्टर ही बन जाऊं। आई थिंक उसका दिल थोड़ा टूट गया जब मैं एक्ट्रेस बन गई लेकिन जब um, उनको लगा कि नहीं एक्चुअली ये अच्छी एक्टिंग करती है उसका है फ्यूचर आगे इसमें आई थिंक फिर थोड़ा शांत हो गए क्योंकि एज अ पेरेंट ना आप अपने बच्चे के लिए परेशान हो जाते हैं कि यार शायद अगर इनकी करियर नहीं चलती तो वो क्या करेगी यू नो एंड आई थिंक वो वहां से आ रहे थे सो फॉर मी इट्स वेरी स्वीट कि फाइनली माय पेरेंट्स रियली 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 सपोर्ट मी और आज भी बहुत सपोर्टिव है सो आई फील वेरी लकी फॉर दैट जी जी तो भाई आखिरी सवाल ਤੁਸੀਂ ਗੁਰਸ਼ਰਨ ਭਾਈ ਦਾ ਜ਼ਿਕਰ ਕੀਤਾ ਗੁਰਸ਼ਰਨ ਭਾਈ ਜਿਨ੍ਹਾਂ ਨੇ ਆਪਣੀ ਸੈਟਲ ਲਾਈਫ ਛੱਡ ਕੇ ਆਪਣਾ ਥੋੜਾ ਸਮਾਨ ਚੱਕ ਕੇ ਪੰਜਾਬ ਦੇ ਪਿੰਡ ਪਿੰਡ ਜਾ ਕੇ ਨਾਟਕ ਕੀਤੇ ਪੂਰੀ ਉਮਰ ਇੱਕ ਰੰਗਕਰਮੀ ਉਸ ਉਹਨਾਂ ਨੇ ਕਿਹਾ ਹਾਲਾਂਕਿ ਇੱਧਰ ਕੀ ਹੁੰਦਾ ਜਦੋਂ ਬੰਦੇ ਨੂੰ ਕੰਮ ਨਾ ਮਿਲੇ ਤਾਂ ਛੱਡ ਕੇ ਕਿਸੇ ਨੌਕਰੀ 'ਚ ਲੱਗ ਜਾਂਦਾ ਤਾਂ ਨੌਕਰੀ ਛੱਡ ਕੇ ਨੌਕਰੀ ਛੱਡ ਕੇ ਇੱਧਰ ਆ ਗਏ ਉਹ ਤਾਂ ਕਿੰਨੀ ਵੱਡੀ ਉਦਾਹਰਨ ਹੈ ਤੇ ਮਿਸਾਲ ਸ਼ਾਇਦ ਆਉਣ ਵਾਲੇ ਸਮੇਂ 'ਚ ਨੇੜੇ ਤੇੜੇ ਕੋਈ ਨਹੀਂ ਹੋਊਗੀ ਤੇ ਅੱਜ ਤੱਕ ਹੈ ਵੀ ਨਹੀਂਗੀ ਪਰ ਤੁਸੀਂ ਸੋਚਦੇ ਹੋ ਕਿ ਜਿਸ ਤਰ੍ਹਾਂ ਜੋ ਪੰਜਾਬੀ ਸਿਨੇਮਾ ਦਾ ਜੋ ਸੁਪਨਾ ਉਹਨਾਂ ਨੇ ਲਿਆ ਸੀ ਪਿੰਡ-ਪਿੰਡ ਜਾ ਕੇ ਚੇਤਨਾ ਪੈਦਾ ਕਰਨੀ ਲੋਕਾਂ ਨੂੰ ਸਮਾਜ ਤੋਂ ਜਾਣੂ ਕਰਾਉਣਾ ਸਮਾਜ ਦੇ ਇਸ਼ੂਸ ਤੋਂ ਇਹ ਤੇ ਨਾਟਕ ਕਰਨੇ ਤੁਹਾਨੂੰ ਲੱਗਦਾ ਉਹਨਾਂ ਦੇ ਸੁਪਨਿਆਂ ਦਾ ਥੀਏਟਰ ਪੰਜਾਬੀ ਥੀਏਟਰ ਅੱਜ ਉਹਨਾਂ ਉਹਨਾਂ ਦੇ ਸੁਪਨਿਆਂ ਦਾ ਹੋ ਗਿਆ ਜਾਂ ਅਜੇ ਸਮਾਂ ਲੱਗਣਾ ਕਿੱਥੇ ਕ ਪਹੁੰਚ ਗਏ ਸੀ ਉਹਨਾਂ ਦੇ ਸੁਪਨੇ ਜੋ ਉਹਨਾਂ ਨੇ ਸੁਪਨਾ ਲਿਆ ਸੀ ਭਾਜੀ ਹੋਰਾਂ ਕਹਿੰਦੇ ਹੁੰਦੇ ਸੀ ਭਾਜੀ ਦਾ ਇਹ ਸੁਪਨਾ ਸੀ ਕਿ ਮੈਂ ਪਾਲ ਥੀਏਟਰ ਰਹੀ ਆਪਣੀ ਗੱਲ ਕਹਿਣੀ ਹੈ ਜੇ ਮੈਂ 100 ਲੋਕਾਂ ਨੂੰ ਗੱਲ ਕਹਿੰਦਾ ਜੇ ਇੱਕ ਨੇ ਵੀ ਸੁਣ ਗਈ ਇੱਕ ਨੇ ਵੀ ਉਸ ਨੂੰ ਉਸ ਤੇ ਅਮਲ ਕਰ ਲਿਆ ਤਾਂ ਮੇਰੀ ਉਹ ਪੂਰੇ 15 ਸਾਲਾਂ ਦੀ 60 ਸਾਲਾਂ ਦੀ ਮਿਹਨਤ ਕਾਮਯਾਬ ਹੈ ਤੇ ਜਿੱਥੇ ਤੱਕ ਸਵਾਲ ਹੈ ਇਹ ਕਿ ਪੰਜਾਬੀ ਥੀਏਟਰ ਉੱਥੇ ਤੱਕ ਪਹੁੰਚ ਗਿਆ ਹੈ ਜਾਂ ਨਹੀਂ ਤਾਂ ਜਿੰਨਾ ਮੈਂ ਹੁਣ ਸਮਝ ਰਿਹਾ ਐਕਚੁਅਲੀ ਹੁਣ ਤਾਂ ਚਲੋ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਹੋਰ ਸੀਗੀ ਉਦੋਂ ਹਰ ਕੋਈ ਰੁੱਝਿਆ ਨਹੀਂ ਸੀ ਰਹਿੰਦਾ ਫੋਨ 'ਚ ਅੱਜਕੱਲ ਤਾਂ ਯੂਥ ਇਵਨ ਪੰਡਾਂ 'ਚ ਵੀ ਮੁੰਡੇ ਆਪਣੇ ਫੋਨਾਂ 'ਚ ਬਹੁਤ ਬਿਜ਼ੀ ਰਹਿੰਦੇ ਆ ਮੇਰੇ ਖਿਆਲ 'ਚ ਹੁਣ ਮੈਨੂੰ ਪਤਾ ਨਹੀਂ ਮੈਂ ਜਿੰਨਾ ਕੁ ਸੁਣਿਆ ਹੁਣ ਰੀਸੈਂਟ ਟਾਈਮ ਦੇ ਵਿੱਚ ਵੀ ਅਜੇ ਥੀਏਟਰ ਨੂੰ ਅਜੇ ਵੀ ਉਹ ਉਦਾਂ ਹੀ ਰੋਲ ਰਿਹਾ ਹੈ ਪੰਜਾਬਸ ਥੀਏਟਰ ਇੱਕ ਇੱਕ ਹੱਦ ਤੱਕ ਰੋਲਦਾ ਪਿਆ ਤੇ ਮੈਨੂੰ ਲੱਗਦਾ ਇਹਨੂੰ ਸਾਂਭਣ ਦੀ ਲੋੜ ਹੈਗੀ ਹੈ ਲੱਗੇ ਹੋਏ ਸਾਰੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਹਰ ਕੋਈ ਪਿੰਡਾਂ ਪਿੰਡਾਂ ਚ ਲੱਗਿਆ ਹੋਇਆ ਕਰਨ ਆਪਦੇ ਵੱਲੋਂ ਪੂਰੀ ਬਣਦੀ ਕੋਸ਼ਿਸ਼ ਕਰਕੇ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰ ਰਿਹਾ ਬਟ ਜਦੋਂ ਤੁਹਾਡੇ ਫੋਨਾਂ ਚ ਹੀ ਇੰਨੇ ਇੰਨਾ ਕੁਝ ਪ੍ਰੋਵਾਈਡਡ ਹੈ ਕੁਝ ਵੀ ਦੇਖ ਸਕਦੇ ਹੋ ਫੋਨ 'ਚ ਫਿਲਮ ਦੇਖ ਸਕਦੇ ਹੋ ਗੀਤ ਦੇਖ ਸਕਦੇ ਹੋ ਟਿਕਟੋਕ ਰੀਲਾਂ ਇਹ ਉਹ ਫਿਰ ਉਹ ਨਾਟਕ ਦੀ ਵੈਸੇ ਹੀ ਘਟ ਜਾਂਦੀ ਹੈ ਬਟ ਜਿਹੜੇ ਲੋਕ ਨਾਟਕ ਦੇਖਣਾ ਚਾਹੁੰਦੇ ਆ ਜਿਹੜੇ ਨਾਟਕ ਨੂੰ ਪਿਆਰ ਕਰਦੇ ਆ ਜਿਹੜੇ ਦਰਸ਼ਕ ਉਹ ਜਿਹੜੇ ਸਾਲਾਂ ਤੋਂ ਬੰਨੇ ਹੋਇਆ ਉਹ ਦੇਖਣ ਜਰੂਰ ਆਉਂਦੇ ਆ ਬਹੁਤ ਲੋਕਾਂ ਨੂੰ ਜਿਹੜੇ ਚੰਡੀਗੜ੍ਹ ਇੰਦੇ ਇੰਤਜ਼ਾਰ ਰਹਿੰਦਾ ਕਿ ਕਦੋਂ ਟੈਗੋਰ ਚ ਕੋਈ ਨਾਟਕ ਹੋਣਾ ਕਦੋਂ ਕਲਾ ਭਵਨ ਕੋਈ ਨਾਟਕ ਇਹ ਪੰਜਾਬੀ ਨਹੀਂ ਹਸਤੀ ਹੁੰਦੀ ਸੀ ਇੰਤਜ਼ਾਰ ਰਹਿੰਦਾ ਸੀ ਕਿ ਨਾਟਕ ਕਦੋਂ ਕੋਈ ਹੋਵੇ ਉਹਦਾ ਉਹਦਾ ਇੱਕ ਕਾਰਨ ਇਹ ਵੀ ਆ ਕਿ ਇਹ ਜਿਸਾਂ इजीली अवेलेबल ਹੋ ਗਈਆਂ ਸਭ ਕੋਲੇ ਫਿਲਮਾਂ OTT ਪਲੇਟਫਾਰਮ ਤੇ ਸਭ ਕੁਝ ਹੋ ਗਿਆ ਸਬ ਸੀਰੀਜ਼ ਪਰ ਇੱਕ ਕਾਰਨ ਕਿ ਅਭੀ ਪਹਿਲੀ ਗੱਲ ਤਾਂ ਪਰਸਪੈਕਸ਼ਨ ਅਸੀਂ ਉਹ ਨਹੀਂ ਸਹੀ ਬਣਾ पाए ਹੁਣ ਤੱਕ theater ਦੀ ਤੇ ਦੂਜੀ ਗੱਲ ਕੀ ਪਟਿਆਲਾ ਯੂਨੀਵਰਸਿਟੀ theater ਪਟਿਆਲਾ ਟੱਪ ਚੋਂ ਤੁਹਾਨੂੰ ਕੋਈ theater ਨਹੀਂ ਬਹੁਤਾ ਕਲਾ ਕੇਂਦਰਾਂ ਦੀ ਵੀ ਘਾਟ ਆ ਸਾਡੇ ਕੋਲੇ ਸੱਚੀ ਕਹਿੰਦੇ ਹੋ ਤੁਸੀਂ ਬਹੁਤ ਸੱਚੀ ਗੱਲ ਆ ਕਿਉਂਕਿ ਜਿੰਨਾ ਐਕਚੁਅਲੀ ਇਹਨੂੰ ਨਾ ਕਿਸੇ ਵੀ ਕਿਸੇ ਵੀ ਆਧਾਰੇ ਤੋਂ ਕਹਿ ਲੋ ਜਾਂ ਸਮਾਜ ਦੇ ਵਿੱਚ ਇਹਨੂੰ ਜਗ੍ਹਾ ਹੀ ਨਹੀਂ ਮਿਲੀ ਥੀਏਟਰ ਨੂੰ ਇਹਨੂੰ ਸਿਰਫ ਤੇ ਸਿਰਫ ਉਹੀ ਵੇਲਣਾ ਦਾ ਕੰਮ ਹੀ ਕਿਹਾ ਜਾਂਦਾ ਹੈ ਬਟ ਇਸ ਫਿਲਮ ਚ ਇੱਕ ਡਾਇਲੋਗ ਹੈ ਇੱਕ ਗੱਲ ਹੈ ਬਹੁਤ ਸੋਹਣੀ ਕਿ ਜਿਹੜਾ ਕਲਾਕਾਰ ਹੁੰਦਾ ਨਾ ਉਹ ਤੁਹਾਨੂੰ ਕੁਝ ਸਮੇਂ ਲਈ ਤੁਹਾਡੇ ਦੁੱਖ ਤੁਹਾਡੀਆਂ ਟੈਨਸ਼ਨ ਤੁਹਾਡੇ ਸਟ्रेस ਭੁਲਾਉਣ ਲਈ ਮਦਦ ਕਰਦਾ ਇਹ ਯੋਗਦਾਨ ਇੱਕ ਬਹੁਤ ਵੱਡਾ ਯੋਗਦਾਨ ਹੈ ਜੇ ਇਹਨੂੰ ਸਮਝਿਆ ਜਾਵੇ ਕਲਾਕਾਰਾਂ ਦਾ ਕਲਾ ਦਾ ਯੋਗਦਾਨ ਤੁਹਾਡੀ ਜ਼ਿੰਦਗੀ 'ਚ ਹੈ ਜਦੋਂ ਜਦੋਂ ਬੰਦਾ ਨਜਾਤ ਪਾਉਣਾ ਚਾਹੁੰਦਾ ਹੈ ਨਾ ਸਮੱਸਿਆਵਾਂ ਆਵਾਂ ਤੂੰ ਉਸ ਉਸ ਬੋਝ ਤੋਂ ਜੋ ਜ਼ਿੰਦਗੀ ਉਹਦੇ ਤੇ ਪਾਉਂਦੀ ਹੈ ਫਿਰ ਬੰਦਾ ਕਲਾ ਦਾ ਸਹਾਰਾ ਭਾਲਦਾ 뮤직 ਪੇਂਟਿੰਗ ਕੋਈ ਕੋਈ ਸਾਜ਼ ਵਜਾਉਣਾ ਗੀਤ ਗਾਉਣਾ ਗੀਤ ਸੁਣਨਾ ਕੁਝ ਦੇਖਣਾ ਉਹ 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 ਇਹਦਾ ਨਾ ਕਿਉਂਕਿ ਇਹ ਡਾਇਰੈਕਟ ਨਹੀਂ ਨਾ ਪਤਾ ਚੱਲਦਾ ਇਹ ਤੁਹਾਡਾ ਢਿੱਡ ਨਹੀਂ ਭਰਦਾ ਇਹਦੇ ਨਾਲ ਇਹਦੇ ਨਾਲ ਰੂਹ ਭਰਦੀ ਹੈ ਤੇ ਰੋ ਲੁਕੀ ਹੁੰਦੀ ਆ ਇਸ ਕਰਕੇ ਇਹਦਾ ਪਤਾ ਨਹੀਂ ਚੱਲਦਾ ਕਿ ਇਹਦਾ ਕੀ ਯੋਗਦਾਨ ਹੈ ਕਲਾ ਦਾ ਤਾਂ ਕਿ ਯੋਗਦਾਨ ਤਾਂ ਕਿ ਕਲਾ ਦਾ ਸਿਖਰ ਇਹ ਆ ਕਿ ਪਹਿਲਾਂ ਚੜਦੇ ਪੰਜਾਬ ਵਾਲੇ ਲੈਂਦੇ ਪੰਜਾਬ ਦੀਆਂ ਫਿਲਮਾਂ ਚ ਲੈਂਦੇ ਪੰਜਾਬ ਵਾਲੇ ਇੱਧਰ ਨਹੀਂ ਆ ਸਕਦੇ ਤੇ ਹੁਣ ਇੱਕ ਮੰਚ ਤੇ ਤਾਂ ਇਕੱਠੇ ਕਰਤੇ ਕਲਾ ਦਾ ਸਿਖਰ ਇਹ ਆ ਕਲਾ ਦੀ ਤਾਕਤ ਇਹ ਆ ਬਿਲਕੁਲ ਸੱਚੀ ਗੱਲ ਕਿਉਂਕਿ ਇਸ ਫਿਲਮ ਦੇ ਵਿੱਚ ਵੀ ਦੋ ਪਰਲੇ ਕਲਾਕਾਰ ਨੇ ਲੈਂਦੇ ਪੰਜਾਬ ਤੋਂ ਜੀ ਬਿਲਕੁਲ ਸਹੀ ਗੱਲ ਅਕਰਮ ਉਦਾਸ ਭਾਜੀ ਤੇ ਵਿੱਕੀ ਕੋਡੂ ਜੀ ਉਹਨਾਂ ਨਾਲ ਵੀ ਬਹੁਤ ਸੋਹਣਾ ਐਕਸਪੀਰੀਅੰਸ ਰਿਹਾ ਬਹੁਤ ਨਿੱਘ ਦਿੱਤਾ ਉਹਨਾਂ ਨੇ ਬਹੁਤ ਪਿਆਰ ਦਿੱਤਾ ਇਸ ਤੋਂ ਪਹਿਲਾਂ ਮੈਂ ਨਾਸਰ ਚਨੋਟੀ ਭਾਜੀ ਹੋਰਾਂ ਨਾਲ ਵੀ ਕੰਮ ਕੀਤਾ ਤੇ ਮਤਲਬ ਸਾਰੇ ਨਾਲ ਇੰਨਾ ਪਿਆਰ ਮਿਲਦਾ ਇੰਨਾ ਨਿੱਗ ਮਿਲਦਾ ਇਦਾਂ ਲੱਗਦਾ ਹੀ ਨਹੀਂ ਕਿ ਕੋਈ ਕੋਈ ਕੰਦ ਹੈਗੀ ਹੈ ਵਿੱਚ ਤੇ ਬਾਕੀ ਕਲਾਕਾਰ ਕੀ ਨੇ ਤੇ ਸਮਾਜ ਦਾ ਨਜ਼ਰੀਆ ਕੀ ਆ 6 ਅਕਤੂਬਰ ਨੂੰ ਸ਼ਾਇਦ ਫਿਲਮ ਦੱਸ ਦੇਗੀ ਬਿਲਕੁਲ ਦੱਸੂਗੀ ਜੀ ਬਿਲਕੁਲ ਦੱਸੂਗੀ ਔਰ ਹਸਾਉਂਦੇ ਹੋਏ ਦੱਸੂਗੀ ਐਂਟਰਟੇਨ ਕਰਦੇ ਹੋਏ ਦੱਸੂਗੀ ਤੁਹਾਨੂੰ ਇਹ ਹਮੈਰਾ ਜੀ ਤੁਸੀਂ ਇੱਕ ਅਪੀਲ ਮਸ਼ਕਾਂ ਦੇ ਲਈ 6 ਅਕਤੂਬਰ ਨੂੰ ਮੂਵੀ ਆ ਰਹੀ ਹੈ अच्छा हाय गाइस छ अक्टूबर को एनी आओ हाँ मिट्टी पाव रिलीज होने वाली है um, ये एक फैमिली एंटरटेनर फिल्म है तो प्लीज आपके मम्मी पापा दादा दादी सब को लेके जाओ थिएटर विच और एंजॉय करो हंस के आओ हरीश भाई जी छ अक्टूबर साड़ी फिल्म आ रही है एनी हाउ मिट्टी पाओ जो कि एक फैमिली एंटरटेनर ਫਿਲਮ ਮੈਂ ਜ਼ਰੂਰ ਆਪਣੇ ਪਰਿਵਾਰ ਨਾਲ ਦੋਸਤਾਂ ਨਾਲ ਦੇਖਣ ਆਇਓ ਸਿਰਫ ਹਸਾਉਗੀ ਹੀ ਨਹੀਂ ਹਸਾਉਣ ਦੇ ਨਾਲ ਨਾਲ ਇੱਕ ਬਹੁਤ ਸੋਹਣੀ ਗੱਲ ਵੀ ਕਹੂਗੀ ਜੋ ਕਿ ਸਾਰੀ ਉਮਰ ਤੁਸੀਂ ਯਾਦ ਰੱਖੋਗੇ ਔਰ ਹਮ ਹਮਾ ਕੇ ਆਇਓ ਜੀ ਤੁਹਾਡੇ ਪਿਆਰ ਦੀ ਸਾਨੂੰ ਜ਼ਰੂਰਤ ਹੈ ਇਸ ਫਿਲਮ ਨੂੰ ਜ਼ਰੂਰਤ ਹੈ ਕਿਉਂਕਿ ਇਹ ਫਿਲਮ ਕੁਝ ਕਹਿੰਦੀ ਹੈ ਥੈਂਕ ਯੂ ਸੋ ਮਚ ਅ ਸੋ ਸਾਡੇ ਵੱਲੋਂ ਵੀ ਇਹੀ ਗੁਜਾਰਿਸ਼ ਆ ਕਿ ਤੁਸੀਂ 6 ਅਕਤੂਬਰ ਨੂੰ ਇਹ ਫਿਲਮ ਜ਼ਰੂਰ ਦੇਖਿਓ ਜੇ ਪੰਜਾਬੀ ਸਿਨੇਮ ਨੂੰ ਵਧਿਆ ਫੁੱਲਣਾ ਪ੍ਰਫੁੱਲਤ ਦੇਖਣਾ ਚਾਹੁੰਦੇ ਹੋ ਤੇ ਪੰਜਾਬੀ ਸਿਨੇਮੇ ਦੀ ਸਪੋਰਟ ਕਰਨਾ ਚਾਹੁੰਦੇ ਤਾਂ ਤੁਸੀਂ ਅੱਖਰ ਦੇ ਨਾਲ ਜੁੜੇ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ